ਡਿਊਰਿੰਗ ਈਵਨਿੰਗ ਜਿਹੜਾ ਹੈਗਾ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਸ਼ਹਿਰ ਦੇ ਵਿੱਚ, ਜਿਹੜੇ ਦੂਰ ਦੁਰਾਡੇ ਦੇ ਜਿਹੜੇ ਕਸਬੇ ਨੇ ਆਪਣੇ, ਜਿੱਦਾਂ ਰਾਮਪੁਰਾ ਫੂਲ ਹੈ, ਤਲਵੰਡੀ ਸਾਬੋ ਹੈ, ਹਰੇਕ ਕਸਬੇ ਦੇ ਵਿੱਚ ਅਲੱਗ ਅਲੱਗ ਸਬ ਡਿਵੀਜ਼ਨ ਦੀ ਫੋਰਸ ਜਿਹੜੀ ਹੈਗੀ ਫਲੈਗ ਮਾਰਚ ਕੱਢ ਰਹੀ ਹੈ। ਇਸ ਤੋਂ ਇਲਾਵਾ ਜਿਹੜੀ ਪਹਿਲਾਂ ਅਸੀਂ ਗਾਈਡਲਾਈਨਸ ਜਾਰੀ ਕੀਤੀਆਂ ਸੀਗੀਆਂ ਕਿ ਜਿਨ੍ਹਾਂ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਨਵੇਂ ਸਾਲ ਦਾ ਮਨਾਉਣਾ, ਜਿੱਥੇ ਇਕੱਠ ਹੋਣਾ ਹੈ ਜਾਂ ਜਿੱਥੇ ਫੰਕਸ਼ਨ ਰੱਖਿਆ, ਉਸ ਸੰਬੰਧ ਵਿੱਚ ਵੀ ਅਸੀਂ ਉਹਨਾਂ ਨੂੰ ਗਾਈਡਲਾਈਨ ਆਲਰੇਡੀ ਜਾਰੀ ਕਰ ਦਿੱਤੀਆਂ ਨੇ ਵੀ ਜਿੱਥੇ ਵੀ ਪ੍ਰੋਗਰਾਮ ਹੋਊਗਾ ਐਸ ਐਸ ਹਦਾਇਤਾਂ ਦੀ ਜਿਹੜੀ ਪਾਲਣਾ ਹੈਗੀ ਹੈ ਉਹਨਾਂ ਦੇ ਔਰਗਨਾਈਜ਼ਰ ਵੱਲੋਂ ਯਕੀਨੀ ਬਣਾਈ ਜਾਵੇ, ਅਤੇ ਪ੍ਰਾਇਰ ਜਿਹੜੀ ਹੈਗੀ ਉਹਦੀ ਸੈਂਕਸ਼ਨ ਲੈ ਕੇ ਹੀ ਜਿਹੜਾ ਪ੍ਰੋਗਰਾਮ ਮਨਾਇਆ ਜਾਵੇ। ਉਸੇ ਤੜੀ ਦੇ ਤਹਿਤ ਅਸੀਂ ਸ਼ਹਿਰ ਦੇ ਵਿੱਚ ਵੱਖ ਵੱਖ ਜਗ੍ਹਾ ਦੇ ਉੱਤੇ ਨਾਕਾਬੰਦੀਆਂ ਕੀਤੀਆਂ, ਪੈਟਰੋਲਿੰਗ ਪਾਰਟੀਜ਼ ਲਗਾਈਆਂ ਨੇ, ਜਿੱਥੇ ਜਿਹੜੇ ਰੂਰਲ ਦੇ ਸਬ ਡਿਵੀਜ਼ਨ ਦੇ ਜਿਹੜੇ ਐਸ ਐਚ ਓਸ ਹੈਗੇ ਆ ਜਿੱਥੇ ਪ੍ਰੋਗਰਾਮ ਨਹੀਂ ਮਨਾਇਆ ਜਾ ਰਿਹਾ ਉਹਨਾਂ ਨੂੰ ਅਸੀਂ ਵੀ ਸ਼ਹਿਰ ਦੇ ਵਿੱਚ ਡਿਪਿਊਟ ਕੀਤਾ, ਕਿਉਂਕਿ ਮੇਨਲੀ ਜਿਹੜੇ ਪ੍ਰੋਗਰਾਮ ਨੇ ਸ਼ਹਿਰ ਦੇ ਵਿੱਚ ਮਨਾਏ ਜਾਣੇ ਨੇ, ਅਤੇ ਸਿਟੀ 1 ਸਿਟੀ 2 ਜਿਹੜੇ ਕਲੱਬਸ ਨੇ ਜਾਂ ਜਿਹੜੇ ਮੇਨ ਪ੍ਰੋਗਰਾਮਸ ਨੇ ਉੱਥੇ ਗਜ਼ਟਡ ਅਫਸਰ ਜਿਹੜੇ ਜੀਓ ਸਬਾਨ ਨੇ, ਡੀ ਐਸ ਪੀ ਸਬਾਨ ਨੇ, ਉਹ ਖੁਦ ਜਿਹੜੀ ਪਾਰਟੀ ਹੈ ਉਹਦੀ ਅਗਵਾਈ ਕਰ ਰਹੇ ਨੇ। ਸੋ ਸਾਰੇ ਏਰੀਆ ਨੂੰ ਅਸੀਂ ਡੋਮੀਨੇਟ ਕਰ ਰਹੇ ਹਾਂ, ਅਤੇ ਲੇਟ ਨਾਈਟ ਤੱਕ ਜਿਹੜੀ ਹੈਗੀ ਸਾਡੀ ਡਿਊਟੀ ਰਹੂਗੀ, ਕਿਉਂਕਿ ਮੋਸਟਲੀ ਜਿਹੜਾ ਹੈਗਾ ਕਈ ਵਾਰੀ ਨਵੇਂ ਸਾਲ ਦੇ ਪ੍ਰੋਗਰਾਮ ਤੋਂ ਬਾਅਦ ਜਦੋਂ ਪਬਲਿਕ ਜਿਹੜੇ ਹੈਗੀ ਜਾਂ ਕੋਈ ਲੜਕੇ ਜਾਂ ਕੋਈ ਕਿਸ ਤਰ੍ਹਾਂ ਦੇ ਲੜਾਈ ਝਗੜਾ ਜਿਹੜਾ ਹੈਗਾ ਉਹਦੀ ਪ੍ਰਵੈਂਸ਼ਨ ਵਾਸਤੇ ਅਸੀਂ ਮੈਕਸੀਮਮ ਜਿਹੜੀ ਫੋਰਸ ਹੈਗੀ ਹੈ ਉਹ ਯੂਟੀਲਾਈਜ਼ ਕੀਤੀ ਹੈ। ਅਤੇ ਇਸ ਦੇ ਨਾਲ ਨਾਲ ਹੀ ਅਸੀਂ ਸਾਰੇ ਬਠਿੰਡਾ ਜ਼ਿਲ੍ਹੇ ਨੂੰ ਬਠਿੰਡਾ ਪੁਲਿਸ ਵੱਲੋਂ ਨਵੇਂ ਸਾਲ ਦੀ ਵਧਾਈ ਵੀ ਦਿੰਦੇ ਹਾਂ ਕਿ ਆਉਣ ਵਾਲਾ ਸਾਲ ਜਿਹੜਾ ਹੈਗਾ ਸਾਰਿਆਂ ਲਈ ਬੜਾ ਖੁਸ਼ਹਾਲੀ ਭਰਿਆ ਹੈ, ਸਾਰਿਆਂ ਲਈ ਤਰੱਕੀ ਭਰਿਆ ਹੋਏ, ਅਤੇ ਹੈਪੀ ਨਿਊ ਈਅਰ ਫਰੋਮ ਬਠਿੰਡਾ ਪੁਲਿਸ ਟੂ ਬਠਿੰਡਾ ਡਿਸਟ੍ਰਿਕਟ।